l'ho visto come dalle... Bravo, ti è botte! Botte a pagare il cardi tammeri, salla il punto tu! Botte a pegarte! Pegare, tu mi nuiata, eh? Chi ha le tue? Questo è... Hai, va! Pettore le si pisarte! Tiere te ne vedete! Pugerta ne vogliamo! Come? Yalla, te le due vedo. Yalla, chi stramera più marea, Yalla, chi stramera più marea, o strafosia di geri nani, o dei giuai in moto. Amico, non era più un marghe, non era più un marghe. Chi sta? La paglietta, scherzi, vuoi anche, chi sta? Ma è da solito. Ora, chi si paghi? E non può dare. C'ha te te chiene? Nei, ma che altro se male. Chissà come ha trovato del costo, a posto di te, Carlo, chi ho assi. ਪਾਣੀ ਚ ਛੱਡਣਾ ਸਾਰੇ ਡੱਡੂਆਂ ਨੇ ਇਹ ਤਜਾਜਨ ਮਾਰ ਆ ਜਿੰਦਾ ਜਾਣੇ ਅੰਦਰ ਡਾਇਨਾਸੌਰ ਆ ਅੱਪਾ ਜੀ ਨੇ ਉਹ ਡੱਡੂ ਫੜ ਲੈਣ ਫਿਰ ਅੰਮੀ ਜੀ ਨੂੰ ਬਾਹਰ ਕੱਢਣਾ ਪਾਣੀ ਨੇ ਫਿਰ ਅੰਦਰ ਚਲੇ ਗਿਆ ਇਹੋ ਹੀ ਖੇਡ ਹੋ ਰਿਹਾ ਸੀ ਬਿਜ਼ਨਸ ਨਹੀਂ ਸੀ ਇੰਜੋਇਮੈਂਟ ਨਹੀਂ ਸੀ ਈਵੈਂਟਸ ਨਹੀਂ ਸੀ ਐਡਵੈਂਚਰ ਨਹੀਂ ਸੀ ਕਿ ਵਾਕਏ ਦੇ ਦਿਨ ਅੱਗੇ ਮੇਰੇ ਦੋਸਤ ਦੁਪਹਿਰ ਪੈ ਗਈ ਗਾਲੂ ਦੀ ਆਇਆ ਸ਼ਾਮ ਪੈ ਗਈ ਗਾਲੂ ਦੀ ਆਇਆ ਕੁੱਤੇ ਪੈ ਗਏ ਗਾਲੂ ਦੀ ਆਇਆ ਮੈਨੂੰ ਯਾਦ ਆਇਆ ਕੁਛ ਖਾਓ ਪੀਓਗੇ ਬੇਟੇ ਦੀ ਸ਼ਾਦੀ ਜਲਦ ਅਜ਼ ਜਲਦ ਹੋ ਜਾਏ ਹਾਲਾਂਕਿ ਉਹ ਮੈਨੂੰ ਭੁੱਖ ਲੱਗੀ ਹੈ ਰੋਟੀ ਦੇ ਦੇ ਦਿਓ ਤੁਸੀਂ ਵੀ ਸੁਣੀ ਜੀ ਅਮਾਨ ਹਾਂ ਓਏ ਹੋਏ ਤੁਸੀਂ ਸੁਣੀ
ਬਈ ਦੀ ਆਵਾ ਉਹਨਾਂ ਦੀ ਰੂਹ। ਮੈਂ ਕਿਹਾ ਸੀ ਕਬਰ ਪੂਰੀ ਬੰਦ ਕਰੋ, ਇਹਨਾਂ ਕੋਲ ਮੋਰੀ ਸੀ ਨਿਕਲ ਗਿਆ। ਨਹੀਂ ਬੇਟਾ ਭੁੱਖੇ ਮਰੇ ਸੇ ਭੁੱਖੇ, ਭੁੱਖਾ ਮਰਿਆ ਰੁੜਦਾ ਫਿਰ ਰਿਹਾ ਹੁਣ ਦੇਖੋ ਦੇਖੋ ਰੂਹ ਕਹਿ ਰਹੀ ਹੈ ਵਿਆਹ ਦੀ ਤਾਰੀਖ ਪੱਕੀ ਕਰੋ, ਪੱਕੀ ਕਰੋ ਸਰ, ਵਿਆਹ ਦੀ ਤਾਰੀਖ ਪੱਕੀ ਕਰੋ, ਵਿਆਹ ਦੀ ਤਾਰੀਖ ਪੱਕੀ ਕਰ। ਨਹੀਂ ਨਹੀਂ ਮੇਰੇ ਪਿਓ ਦੀ ਆਖਰੀ ਖਾਇਸ਼ ਹਾਂ, ਉਹ ਮਰ ਗਿਆ ਮੈਨੂੰ ਕਹਿ ਰਹੇ ਸਨ ਤੂੰ ਯਾਰ ਤਾਂ ਰਾਤੀ ਉੱਠੇ ਨਾ, ਰਾਤੀ ਉੱਠੇ ਨਾ ਉਹ ਸਵੇਰੇ ਫਾਟਕ ਬੰਦ ਕੀਤਾ ਟ੍ਰੇਨ ਆਉਣੀ ਸੀ, ਮੈਨੂੰ ਕਹਿਣ ਲੱਗੇ ਤੇਰੀ ਸ਼ੇਰਵਾਨੀ ਤੇ ਮੇਰਾ ਕਫਨ ਇਕੱਠਿਆ ਮੇਲਾ ਹੋਣਾ ਚਾਹੀਦਾ। ਜਿਹੜੇ ਛੁਆਰੇ ਖਾਵਾਂਗੇ ਨਾ ਉਹਦੀਆਂ ਗਿਟਕਾਂ ਹੀ ਕੁਲਾਂ ਦੇ ਪੜ ਲਵਾਂਗੇ। ਸਾਨੂੰ ਕੋਈ ਇਤਰਾਜ਼ ਨਹੀਂ ਤੇ ਤੁਹਾਨੂੰ ਕੀ ਇਤਰਾਜ਼? ਹੌਸਲਾ ਹੌਸਲਾ ਕਰ, ਕੋਈ ਗੱਲ ਨਹੀਂ ਕਮਾਲ ਕਰਦੇ ਪਏ ਹੋ ਤੁਸੀਂ, ਇਸ ਘਰ ਚ ਰਹੋ, ਇੱਥੇ ਆ ਜਾਈਏ, ਇਕੱਠੇ ਮਿਲ ਕੇ ਰੌਣਕਾਂ ਲਾਵਾਂਗੇ, ਖੁਸ਼ੀਆਂ ਮਨਾਵਾਂਗੇ। ਅੱਛਾ ਅੱਛਾ, ਇਹਦਾ ਵਿਆਹ ਹੈ, ਖੁਸਰੇ ਨਚਾਵਾਂਗੇ। ਠੀਕ ਠੀਕ ਯਾਰ, ਖੁਸਰੇ ਤੋਂ ਮੈਨੂੰ ਖਿਆਲ ਆਇਆ ਮੈਂ ਤੁਹਾਨੂੰ ਕਮਰਾ ਵਿਖਾ ਰਿਹਾ ਜੀ। ਲੇਕਿਨ ਮੈਂ ਪਹਿਲੇ ਤਾਂ ਰੱਬਾ ਜੀ ਨੂੰ ਸਮਝਾ ਦਿਆਂ, ਇਹ ਵਿੱਚ ਬੋਲ ਬੋਲ ਕੇ ਸਾਨੂੰ ਮਰਵਾਊਗਾ। ਸਹੀ ਕਹਿ ਲੈ, ਮੈਂ ਇਹਨੂੰ ਸਮਝਾ ਕੇ ਆਉਣਾ, ਅੰਦਰ ਕੋਈ ਹੌਕੀ ਪਈ ਹੈ? ਦੇਵਾ ਹੋਣਾ ਵੀ ਕਿੱਡਾ ਮੁਸ਼ਕਲ ਕੰਮ ਹੈ। ਜੇ ਮੈਂ ਜਾਣਦਾ ਸ਼ੋਕੇ ਨੇ ਮਰ ਜਾਣਾ, ਮੈਂ ਇੱਕ ਦਿਥਾਂ ਦੋ ਜੰਮਦਾ। ਸ਼ੋਕਿਆ ਉਹ ਸ਼ੋਕਿਆ ਤੁਰ ਪਰਦੇਸ ਗਏ ਬੂਆ ਵਜਿਆ, ਲਭਤੀ ਤੀਰੀ ਰੀਰੀ ਦੀਤੀ ਰੀਰੀ। ਹਾਏ ਹਾਏ ਹਾਏ, ਕਿਹੜਾ ਅਫਸੋਸ ਹੈ ਜਿਹੜਾ ਤੀਤੀ ਰੀ ਤੋਂ ਸ਼ੁਰੂ ਹੁੰਦੇ ਆ। ਹਾਏ ਕੀ ਟਾਈਮ ਹੁੰਦੇ ਸਨ ਭਰਜਾਈ, ਤੈਨੂੰ ਕੀ ਦੱਸੀਏ, ਮਰਨ ਵਾਲਾ ਚਲੇ ਗਿਆ ਨੇ, ਵਾਪਸ ਨਹੀਂ ਆਉਣਾ ਹੈ। ਮੈਂ ਕਿਹਾ ਕਿਸੇ ਗੱਲ ਤੋਂ ਤੂੰ ਘਬਰਾਉਣਾ ਨਹੀਂ, ਜਿਵੇਂ ਕਹੇਂਗੀ ਕਰ ਲਵਾਂਗੇ, ਜਿਵੇਂ ਵੀ ਕਹੇਂਗੀ ਕਰ ਲਾਂਗੇ, ਕੋਈ ਐਸੀ ਗੱਲ ਨਹੀਂ ਹੈਗੀ। ਕੀ ਟਾਈਮ ਹੁੰਦੇ ਸਨ ਆਏ, ਮੈਨੂੰ ਕਹਿੰਦਾ ਸੀ ਇਕੱਠੇ ਮਰਾਂਗੇ ਇਕੱਠੇ ਜੀਆਂਗੇ। ਅੱਛਾ, ਉਹ ਤੇ ਅੱਲਾਹ ਦਾ ਸ਼ੁਕਰ ਹੈ ਮੈਂ ਪਿੰਡ ਗਿਆ ਹੋਇਆ ਸਾਂ। ਹਾਏ ਕੀ ਟਾਈਮ ਹੁੰਦੇ ਸਨ, ਤੈਨੂੰ ਮੈਂ ਦੱਸ ਨਹੀਂ ਸਕਦਾ ਭਰਜਾਈ। ਹਾਏ ਮੈਂ ਤੁਹਾਨੂੰ ਕੀ ਦੱਸਾਂ? ਕੁਛ ਤੇ ਦੱਸ, ਕੁਝ ਨਾ ਪੁੱਛੋ ਵੀ, ਕੁਛ ਦੱਸ, ਥੋੜਾ ਜਿਹਾ ਦੱਸ ਦੇ ਆਪਣਾ
ਸੱਸ ਤੇ ਕਹਿ ਰਹੇ ਹੈ ਮੈਂ ਕੱਲਾ ਨਹੀਂ ਆਇਆ ਨਾਲ ਮੇਰਾ ਭਾਂਜਾ ਵੀ ਆਇਆ ਅੱਛਾ ਕੀ ਟਾਈਮ ਹੁੰਦੇ ਸਨ ਮੈਂ ਕਿਹਾ ਭਾਂਜੇ ਕੀ ਟਾਈਮ ਹੁੰਦੇ ਸਨ ਆਇਆ ਛੱਡ ਕੇ ਨਾ ਜਾਵੀਂ ਸਾਨੂੰ ਲੈ ਚੱਲਣਾ ਓਏ ਮਰਨਾ ਸੀ ਤੂੰ ਛੇਤੀ ਤੂੰ ਤੇ ਕੱਢ ਗਿਆ ਬਹੁਤੇ ਸਾਲ ਓ ਮੇਰੇ ਆ ਚਾਚਿਆ ਤੈਨੂੰ ਕਾਹਦੀਆਂ ਕਾਲੀਆਂ ਸਨ ਦੋਜ਼ਖ ਜਾਣਦੀਆਂ ਓਏ ਸਬਰ ਕਰ ਸਬਰ ਕਰ ਮੈਂ ਨਾਲ ਜਾਣਾ ਨਾਲ ਜਾਣਾ ਇੱਥੋਂ ਲਾਹੌਰੋਂ ਦੋਜ਼ਖ ਨੂੰ ਬੱਸ ਟੁਰੀ ਹੈ ਕਿ ਨਹੀਂ ਕੋਈ ਇਹ ਤੂੰ ਨਾਲ ਜ਼ਰੂਰੀ ਜਾਣਾ ਆ ਮੈਂ ਚਾਚੇ ਦੇ ਨਾਲ ਜਾਣਾ ਮੇਰਾ ਚਾਚਾ ਸਬਰ ਕਰ ਸਬਰ ਕਰ ਸਬਰ ਕਰ ਲਾਹੌਰ ਦੇ ਦੇਗਾ ਕੋਈ ਨਹੀਂ ਉਹਦੇ ਘਰ ਹੀ ਦੇ ਰਹੇ ਮੇਰ ਨਹੀਂ ਹੈਗੀ ਹੋਇਆ ਕੀ ਚਾਚੇ ਦਾ ਦੱਸੀ ਜ਼ਰਾ ਓਏ ਮੇਰੀ ਚਾਚੀ ਐਡੀ ਸੋਹਣੀ ਰੋਂਦੀ ਵੀ ਸੋਹਣੀ ਲੱਗਦੀ ਅੱਲਾ ਦਾ ਕਰਮ ਦੇਖੋ ਓਏ ਹੋਏ ਹੋਇਆ ਕੀ ਸੀ ਚਾਚੀ ਹੋਇਆ ਕੀ ਸੀ ਸ਼ੁਰੂ ਤੋਂ ਦੱਸ ਸ਼ੁਰੂ ਤੋਂ ਸ਼ੁਰੂ ਤੋਂ ਦੱਸੀ ਜਦੋਂ ਪੈਦਾ ਹੋਇਆ ਉਦੋਂ ਤੋਂ ਲੈ ਕੇ ਜਦੋਂ ਮਰਿਆ ਉਦੋਂ ਤੱਕ ਦੱਸ ਤੇ ਵਿੱਚ ਰੋਂਦਲਾ ਮਾਰੀ ਜਦੋਂ ਜਦੋਂ ਪੈਦਾ ਹੋਇਆ ਉਦੋਂ ਲੈ ਕੇ ਮਰਨ ਤੱਕ ਤੱਕ ਦਿਨਾਂ ਉਹਦੀ ਬੁੱਢੀ ਏ ਕਿ ਉਹਦੀ ਮਾਂ ਏ ਓਏ ਮੈਂ ਦੱਸ ਤੇ ਫਿਰ ਸ਼ੁਰੂ ਕਿੱਥੋਂ ਕਰੇ ਜਦੋਂ ਉਹਦੇ ਨਾਲ ਵਿਆਹ ਹੋਇਆ ਉੱਥੋਂ ਦੱਸਿਓ ਪਤਾ ਲੱਗੇ ਨਾ ਮਰੂ ਮਰਿਆ ਕਿਵੇਂ ਇਹੋ ਜਿਹੀਆਂ ਗੱਲਾਂ ਕਰਨ ਡਿਆ ਹੋਰ ਅਸੀਂ ਕਿਹੋ ਜਿਹੀਆਂ ਗੱਲਾਂ ਤੇਰਾ ਉਹਨੇ ਵਿਆਹ ਹੋਇਆ ਨਾ ਸਲਾਮ ਦੁਆਈ ਉਹਨੇ ਨਾ ਪਤਾ ਪੁੱਛ ਲੈਣਾ ਫੇਰ ਕੀ ਹੋਇਆ ਸ਼ੁਰੂ ਤੋਂ ਦੱਸ ਚੱਲ ਦੱਸ ਮਿੰਟ ਕੀ ਦੱਸਾਂ ਮੈਂ ਤੇ ਬੇਵਾ ਹੋ ਗਈ ਕੱਲੀ ਰਹਿ ਗਈ ਦੁਨੀਆ ਦੇ ਵਿੱਚ ਸਾਰੀਆਂ ਬੇਵਾ ਹੁੰਦੀਆਂ ਨੇ ਉਹ ਕੀ ਬਾਅਦ ਚ ਹੋਰ ਕੁਝ ਹੋ ਜਾਂਦੀਆਂ ਨੇ ਉਹ ਮੇਰਾ ਬੜਾ ਯਾਰ ਜਿਆ ਹੁਣ ਮੈਂ ਕੀ ਕਰਾਂਗਾ ਹਾਏ ਹਾਏ ਛੱਤ ਤੇ ਗਏ ਨੇ ਵਾਕ ਕਰਨ ਵਾਕ ਕਰਨ ਜ਼ਰਾ ਜੀ ਅੱਗੇ ਹੋਏ ਨੇ ਕਿਤੇ ਬਨੇਰੇ ਦੇ ਥੱਲੇ ਕੁੜੀਆਂ ਲੰਘਣ ਡਈਆਂ ਸਨ ਮੈਂ ਮਨਾ ਕੀਤਾ ਅੱਗੇ ਨਾ ਹੋਣਾ ਬਾਅਦ ਆਜੋ ਨਾ ਮਰਨ ਵਾਲਾ ਜਿੱਦੀ ਸੀ ਅੱਛਾ ਬਾਅਦ ਨਾ ਆਇਆ ਅੱਗੇ ਹੋ ਕੇ ਸਾਹ ਲਿਆ ਸੂ ਕੁੜੀਆਂ ਵੇਖੀਆਂ ਨੇ ਜਾ ਪਿਆ ਹਾਏ ਕੁੜੀਆਂ ਵੇਖ ਕੇ ਮਰਿਆ ਫੇਰ ਤੇ ਸ਼ਹੀਦ ਹੋਇਆ ਨਾ ਇਹ ਕਿਹੜਾ ਸ਼ਹੀਦ ਤੂੰ ਪਾ ਲਿਆ ਚਾਚਾ ਮਰਿਆ ਆਪਣੀ ਖਾਨਦਾਨੀ ਰਵਾਇਤਾਂ ਨੂੰ ਚਾਚੇ ਦਾ ਪਿਓ ਵੀ ਮਾਈ ਹੱਥੋਂ ਮਰਿਆ ਸੀ ਮਾਈ ਹੱਥੋਂ ਬੜੀ ਦਰਦਨਾਕ ਸਟੋਰੀ ਚਾਚੀ ਫੇਰ ਸੁਣਾਵਾਂਗੇ ਹੋਰ ਸੁਣਾ ਸਭ ਠੀਕ ਠਾਕ ਕੀ ਠੀਕ ਹੋਣਾ ਪੁੱਤਰ ਹੁਣ ਤੇ ਬਸ ਯਾਦਾਂ ਹੀ ਰਹਿ ਗਈਆਂ ਕੇ ਹਾਏ 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 ਚਾਚੀ ਪਹਿਲੀਆਂ ਤਿੰਨ ਹਾਏ ਤੇ ਠੀਕ ਨੇ ਹਾਏ 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 ਚੌਥੀ ਹਾਏ ਕੋਈ ਮਜ਼ੇ ਵਾਲੀ ਨਹੀਂ ਅਸੀਂ ਮਰਗ ਤੇ ਆਏ ਜਾਂ ਮਜ਼ਾ ਲੈਣ ਆਏ ਕੀ ਕਰਨ ਡਿਆ ਮੇਰਾ ਮਤਲਬ ਇੰਨੀ ਵੈਰੀਏਸ਼ਨ ਹਾਏ ਚ ਕਿਵੇਂ ਆ ਗਈ ਨਹੀਂ ਪੁੱਤਰ ਅੰਦਰੂਨੀ ਦੁੱਖ ਨੇ ਜਿਹੜੇ ਬਾਹਰ ਆਂਡੇ ਨੇ ਹਾਏ ਮੇਰੀ ਚਾਚੀ ਐਡੀ ਲਾਡਲੀ ਕੀ ਟਾਈਮ ਹੁੰਦੇ ਸਨ ਟਾਈਮ ਨੂੰ ਛੱਡ ਪਰਾ ਤੂੰ ਦੁਕਾਨ ਖੋਲਣੀ ਜਾ ਕੇ ਟਾਈਮ ਟਾਈਮ ਦੀ ਗੱਲ ਨਾ ਟਾਈਮ ਦੀ ਗੱਲ ਚਾਚੀ ਸਾਰੇ ਪਿੰਡ ਦੀ ਲਾਡਲੀ ਹੁੰਦੀ ਹਾਏ ਚਾਚੀ ਹਾਂ ਲਾਡਲੀ ਕੀ ਟਾਈਮ ਹੁੰਦੇ ਸਨ ਮੈਂ ਕਿਹਾ ਮੁਰਦੇ ਨੂੰ ਆਣਾ ਦਾ ਕੌਣ ਆਇਆ ਮੇਰਾ ਪੁੱਤਰ ਅਮਰ ਏ ਓਏ ਇੰਨਾ ਵੱਡਾ ਹੋ ਗਿਆ ਮੇਰੇ ਚਾਚੇ ਦਾ ਪੁੱਤਰ ਜ਼ਰਾ ਸ਼ਕਲ ਨਹੀਂ ਮਿਲਦੀ ਤੂੰ ਹੂਵਾ ਹੂਵਾ ਪਾਣੀ ਕੋਪੀ ਆਇਆ ਮੇਰੀਆਂ ਮਾਮਾ ਮੇਰੇ ਯਾਰ ਦਾ ਪੁੱਤਰ ਠੰਡ ਪੈ ਜਾਏਗੀ ਚਾਚਾ ਕੌਣ ਲੋਕਲ ਚੋਰ ਚਾਚਾ ਤੂੰ ਨਸ਼ਿਆਣਿਆ ਨੀ ਯਾਦ ਹੈ ਪਹਿਲੀ ਵਾਰੀ ਮੈਂ ਜਦੋਂ ਆਇਆ ਤੇ ਤੂੰ ਇੰਨਾ ਕਿੰਨਾ ਸਹਿ ਇੰਨਾ ਨਹੀਂ ਜਰਾ ਥੱਲੇ ਹੋਰ ਛੋਟਾ ਕਰ ਚਾਚਾ ਹੋਰ ਛੋਟਾ ਕਰ ਮੈਂ ਕਹਿੰਦਾ ਕੈਂਸਲ ਹੀ ਕਰ ਦਿਓ ਮੇਰੇ ਖਿਆਲ ਤੂੰ ਮੈਨੂੰ ਸਿਆਣੇ ਨੀ ਜਿਹੜੇ ਮੇਰਾ ਜਿਗਰੀ ਯਾਰ ਆ ਤੇਰਾ ਭਾਜੀ ਦਾ ਵੀ ਮੇਰੇ ਕੋਲ ਆ ਜਾਣਾ ਕਦੀ 25,000 ਕਦੀ 30,000 ਕਦੀ 60,000 ਮੇਰੇ ਕੋਲ ਆ ਜਾਣਾ ਕਦੀ ਇਨਕਾਰ ਨਹੀਂ ਕੀਤਾ ਹਾਂ ਇਨਕਾਰ ਨਹੀਂ ਸਹੀ ਕਹਿ ਰਿਹਾ ਵਾਂ ਔਰ ਮੈਨੂੰ ਕਹਿੰਦੇ ਸ਼ਹਿਰ ਆਏ ਮਕਾਨ ਬੜਾ ਅੱਛਾ ਬਣਾਇਆ ਹੁਣ ਮੈਂ ਸੋਚ ਰਿਹਾ ਮਰੂਮ ਦਾ ਆਪਣੇ ਹੱਥਾਂ ਨਾਲ ਮਕਾਨ ਮੈਂ ਕਿਸ ਦਿਲ ਨਾਲ ਵੇਚਾਂਗਾ ਹਾਏ ਮੈਂ ਬੜੀ ਮਿਹਰਬਾਨੀ ਮੈਂ ਵੇਚ ਕੇ ਤੁਹਾਡੇ ਪੈਸੇ ਆਹਾ ਘਬਰਾਉਣਾ ਨਹੀਂ ਅੱਬਾ ਦੀ ਕਬਰ ਤੇ ਬੋਝ ਨਹੀਂ ਮੈਂ ਰਹਿਣ ਦੇ ਔਰ ਮੈਂ ਇੱਕ ਹੋਰ ਗੱਲ ਦੱਸਿਆ ਮੈਂ 40ਵਾਂ ਕਰਕੇ ਜਾ
ਜਾਣਾ ਚਲੀਸਵਾ ਮੈਂ 80ਆਂ ਕਰਕੇ ਤੇ ਬੜੀ ਤੂੰ ਕਮਰਾ ਲਾ ਕੇ ਛੇਹੀ ਰਹਿਣਾ ਓਏ ਇਹ ਆਪਣਾ ਸੈਮਸੋਨੇ ਚੁੱਕੇ ਆ ਜਾ ਇਹ ਤਾਂ ਜਾਣਾ ਆ ਗਿਆ ਮੈਂ ਇੱਥੇ ਜਾ ਕੇ ਨਾ ਆਪਣਾ ਹਾਂ ਜੀ ਚਾਚੀ ਏ ਚਾਚੀ ਉਦਾਂ ਮੇਰਾ ਪੁੱਤਰ ਜਾ ਜਾ ਮੇਰਾ ਬੇਟਾ ਜਾ ਮੇਰਾ ਬੱਚਾ ਮੇਰੇ ਚਾਚੇ ਦਾ ਪੁੱਤਰ ਯਤੀਮ ਹੋ ਗਿਆ ਕੋਈ ਗੱਲ ਨਹੀਂ ਅੱਲਾ ਤੈਨੂੰ ਵੀ ਕਰੇਗਾ ਚੱਲ ਜਾ ਐਡਾ ਹਸਦ ਨਾ ਕਰ ਚੱਲ ਜਾ ਵਾਕਫ ਜਵੈਦਾ ਦੇਖ ਕੌਣ ਆਇਆ ਜਵੈਦਾ ਆ ਗਿਆ ਤੇਰਾ ਦੀਵਾਨਾ ਕੌਣ ਹੈ ਲੈ ਕੌਣ ਆ ਸਕਦਾ ਤੇਰਾ ਪੁਰਾਣਾ ਆਸ਼ਿਕ ਸ਼ਹੀਦਾ ਫੈਸਲਾਬਾਦ ਤੇ ਆਇਆ ਬੇਵਕੂਫੇ ਸੀ ਕੀਤਾ ਕੋਈ ਐਵੇਂ ਨੀ ਮੈਂ 25 ਵਰੇ ਹੋ ਗਏ ਤੂੰ ਹਲੇ ਤੱਕ ਮੈਨੂੰ ਭੁੱਲਿਆ ਨਹੀਂ ਲੈ ਤੂੰ ਮੈਨੂੰ ਭੁੱਲ ਸਕਦੀ ਆ ਤੂੰ ਮੈਨੂੰ ਮਕਰੂਜ਼ ਹੀ ਇੰਨਾ ਕਰਕੇ ਆਈ ਹੈ ਕੀ ਕੀ ਮਤਲਬ ਲੈ ਕਹਿੰਦੀ ਕੀ ਮਤਲਬ ਜਾ ਕੇ ਵੇਖ 29 ਲੱਖ ਤੇ ਤੋਤਾਲੇ ਦੇ ਚੜਿਆ ਪਿਆ ਮੇਰੇ ਦੇਸੀ ਘਿਓ ਵਾਲਾ ਰਜਾਂਦਾ ਮੇਰੇ ਬੱਚਿਆਂ ਨੂੰ ਤੌਣੀ ਲਾ ਕੇ ਜਾਂਦਾ ਤੂੰ ਤਾਂ ਪਲ ਪੁਲ ਕੇ ਵਿਆਹ ਕਰ ਲਿਆ ਮੈਂ ਕਰਜਈ ਹੋਇਆ ਫਿਰਨ ਡਿਆ ਹੁਣ ਇਹ ਮੇਰੇ ਨਾਲ ਤੂੰ ਵੈਸੇ ਕੀਤੀ ਜਿਆਦਤੀ ਹੈ ਯਾਦ ਕਰੋ ਵੇਲੇ ਯਾਦ ਕਰੋ ਰੁੱਤਾਂ ਯਾਦ ਕਰੋ ਟਾਈਮ ਜਦੋਂ ਬੋਰਡ ਦੇ ਥੱਲੇ ਬੈਠ ਕੇ ਦੋਵੇਂ ਜਾਣੇ ਗਾਣਾ ਗਾਉਂਦੇ ਹੁੰਦੇ ਸੀ ਤੂੰ ਗਾਣੇ ਗਾਣੇ ਦੇ ਵਿੱਚ ਮੈਨੂੰ ਆਪਣੀਆਂ ਫਰਮਾਇਸ਼ਾਂ ਦੱਸਦੀ ਹੁੰਦੀ ਸੀ ਮੈਂ ਤੈਨੂੰ ਕਹਿੰਦਾ ਹੁੰਦਾ ਸਾਂ ਨਿੱਕੇ ਹੁੰਦੇ ਆਂਦਾ ਪਿਆਰ ਦੇਖੀ ਤੇਰੀ ਨਾ ਵਸਾਰ ਅੱਗੇ ਤੂੰ ਮੈਨੂੰ ਕਹਿੰਦੀ ਸੈਂ ਬੱਚਾ ਇੱਕ ਨੀ ਮੈਂ ਲੈਣਾ ਮੈਂ ਤੇ ਲੈਣੇ ਤਿੰਨ ਚਾਰ ਨਿੱਕੇ ਤੇਰੇ ਖਾਮਨ ਦਾ ਮਰਨਾ ਬਣਦਾ ਸੀ ਜਿਹੋ ਜੀ ਤੂੰ ਹਾਂ ਪਾਉਣ ਡਈ ਉਹ ਤਾਂ ਕੱਲਾ ਸੀ ਉੱਥੇ 60 ਬੰਦੇ ਵੀ ਹੁੰਦੇ ਮਰ ਜਾਣਾ ਸੀ ਇਹ ਕਿਹੋ ਜਿਹਾ ਰੋਣ ਡਈ ਆ ਤੂੰ ਇਹ ਰੋਣਾ ਆਪਣੇ ਖਾਵਨ ਦੀ ਕਬਰ ਤੇ ਨਾ ਰੋਈ ਜਾ ਕੇ ਕਿਉਂ ਉਹ ਜਿਹੜੇ 30 ਸਾਲਾਂ ਦੇ ਮਰੇ ਪਏ ਉਹਨਾਂ ਵੀ ਉੱਠ ਕੇ ਬਹਿ ਜਾਣਾ ਉੱਥੇ ਵਿਆਹ ਕੀ ਹੂੰ ਲੈ ਕੀ ਆ ਤੇਰੀਆਂ ਨਿਸ਼ਾਨੀਆਂ ਸਾਂਭੀਆਂ ਨੇ ਮੇਰੀਆਂ ਹਾਂ ਇੱਧਰ ਦੇਖ ਐ ਲੈ ਆਹੇ ਕੀ ਯਾਦ ਕਰ ਗੌਰ ਕਰ ਜਰਾ ਜੇਨ ਤੇ ਭਾਰ ਪਾ ਇਹ ਉਹੀ ਪੈਂਟ ਆ ਜਿਹੜੀ ਤੂੰ ਮੈਨੂੰ ਪਹਿਲੀ ਵਾਰੀ ਲੈ ਕੇ ਦਿੱਤੀ ਸੀ ਵੀ ਹੋ ਗਈ ਲੈ ਤੇਰੇ ਇਸ਼ਕ 'ਚ ਛੋਟੀ ਹੋ ਗਈ ਹੈ ਤੇਰੇ ਪਿਆਰ 'ਚ ਛੋਟੀ ਹੋ ਗਈ ਹੈ ਪੈਂਟ ਮੇਰੀ ਇੱਧਰ ਦੇਖ ਯਾਦ ਕਰ ਇਹ ਕੀ ਯਾਦ ਕਰ ਇਹ ਉਹੀ ਹਾਰ ਆ ਜਿਹੜਾ ਕੁਰਬਾਨੀ ਤੋਂ ਪਹਿਲਾਂ ਤੇਰੇ ਗਲ 'ਚ ਪਾਇਆ ਸੀ ਸਾਰੀਆਂ ਨਿਸ਼ਾਨੀਆਂ ਭੁੱਲੀ ਜਾਂਦੀਆਂ ਤੈਨੂੰ ਯਾਦ ਰੱਖਿਆ ਐਵੇਂ ਨਹੀਂ ਆ ਗਏ ਇੱਧਰ ਦੇਖ ਹਾਏ ਇਹ ਤੇ ਮੇਰੇ ਅੱਬੇ ਦਾ ਨਿੱਤਰ ਹੈ ਜਿਹਦੇ ਨਾਲ ਮੈਨੂੰ ਤੌਣੀ ਪੈਂਦੀ ਰਹੀ ਉਹ ਯਾਦ ਹੈ ਯਾਦ ਕਰ ਇਹ ਉਹ ਹੀ ਨਿੱਤਰ ਹੈ ਜਿਹਦੇ ਨਾਲ ਤੇਰਾ ਪਿਓ ਮੇਰੇ ਕੰਨ ਫੜਾ ਕੇ ਮਾਰਦਾ ਰਿਹਾ ਤੇਰੇ ਪਿਓ ਤੇ ਮੈਨੂੰ ਗੁੱਸਾ ਬਹੁਤ ਹੈ ਕਿਉਂ ਜੇ ਕਿਧਰੇ ਉਹ ਜਿਉਂਦਾ ਹੁੰਦਾ ਮੈਂ ਉਹਦੇ ਨਾਲ ਕਰਨੀ ਕੁੱਤੇ ਵਾਲੀ ਸੀ ਵੈਸੇ ਇਹ ਐ ਦੇ ਸੋਚ ਜੇਨ ਤੇ ਭਾਰ ਪਾ ਢੀਲਾ ਹਾਂ ਇਹ ਕਦੋਂ ਦਿੱਤਾ ਸੀ ਮੈਂ ਤੈਨੂੰ ਬੇਵਕੂਫੇ ਕੋਈ ਜ਼ਰੂਰੀ ਨਹੀਂ ਹਰ ਤੋਹਫ਼ਾ ਮੈਨੂੰ ਤੂੰ ਹੀ ਦਿੱਤਾ ਹੋਵੇ ਇਹ ਯਾਦ ਕਰ ਚਲੋ ਮੈਂ ਤੈਨੂੰ ਪਹਿਲੀ ਵਾਰੀ ਕੁਲਫੀ ਲੈ ਕੇ ਦਿੱਤੀ ਸੀ ਅੱਛਾ ਇਹ ਕੁਲਫੀ ਤੂੰ ਕੋਈ ਚੱਕੀ ਨਾ ਖਾ ਗਈ ਤੀਲਾ ਮੇਰੇ ਕੋਲ ਹੀ ਰਹਿ ਗਿਆ ਉਦੋਂ ਦਾ ਸਾਂਭ ਕੇ ਰੱਖਿਆ ਹੈ ਉਦੋਂ ਦੀ ਤੇਰੀ ਨਿਸ਼ਾਨੀ ਸਾਂਭ ਕੇ ਰੱਖੀ ਲੋਕਾਂ ਨੇ ਮੇਰੇ ਤੇ ਬੜੇ ਇਲਜ਼ਾਮ ਲਾਏ ਵੀ ਇਹ ਕਿਉਂ ਰੱਖਿਆ ਮੈਂ ਨਹੀਂ ਮੰਨੀ ਸਹੀ ਗੱਲ ਹੈ ਲੋਕਾਂ ਨੇ ਮੈਨੂੰ ਇਹਨੂੰ ਕੋਲ ਰੱਖਣ ਦੀ ਵਜ੍ਹਾ ਪੁੱਛੀ ਮੈਂ ਕਿਹਾ ਤੁਹਾਨੂੰ ਵੀ ਮੇਰੇ ਇਸ਼ਕ ਦੀ ਨਿਸ਼ਾਨੀ ਹੈ
मैं तेरिया सारिया निशानियां साम के रखिया, तू भी मेरी निशानी सामी है। केड़ी? मैं सुनिया मेरी निशानी वड्डी हो गई है। की मतलब है तेरा? बेवकूफे, जो तेरा ब्याह होया सी तेरे नाल इन्ना कलेला नहीं सी भेजिया? हाय अल्लाह, ले आए अल्लाह, खामद मार भी गया उधर ते आन जानू नहीं मुड़न दिया इहदा। ए तू केड़े कमे लगी है, मैं तैनू एक गल दस दवां। छी दिया। हां ना कर, मैं बड़ी दुखी होई है, मैं ताजा ताजा बेवा होई हूं। हां ते फिक्र ना कर, मैं तैनू तरौंका लाउण आया। बेवकूफे, मैं तैनू ताजी ताजी बेवा नहीं दसीदा हुंदा, जदों भी कहीदा हुंदा कहीदा मैं बेवा हो गई हां। जवान पुत्र ही, मैं तेन दस दवा गल तो सुने, एडा बाद च चुक ली की गल हुई। मैं तेन एक गल दस दवा, मैं तेरे नाल ब्याह करके रहना। मसला कि नफल पाल तेरा सोहरा जरा नौकर ही समझ लिया यार, मैं कहना मेरे सिर तेल झस दस हूं दसना के मेरा ब्याह फौजी क्यों यार, ये भी अम्मी की ख्वाहिश है ना, एवं रफड़ पै जाएगा। अच्छा असी ना, चलो मासी ओ टूट पेड़े दरवाजा खोलो। ओ दरवाजा खुला, किन्ना को फौरी नु काट लंगा अड़ी आ जा अंदर। बस रे बस, बड़ी हो गई है, ये किधर पीछे हुई है, असी ते इथे सब की पता यार। ना करी ना चिट्टे सेक ले नहीं हुंदी हो। बड़ी मेहरबानी, सेको किसे दिन टाइम काट के। मेरी गल सुनो, ਤੁਸੀਂ ਇਹ ਪੜਾਈਆਂ ਪੜ੍ਹਿਓ, ਪਿੰਡੋਂ ਕੋਈ ਪ੍ਰਾਹਣਾ ਆਵੇ ਨੂੰ ਦੋ ਦੋ ਘੰਟੇ ਖੂਹ ਵਿੱਚ ਖਲਾਰੀ ਰੱਖਦੇ ਹੋ। ਓਏ ਮੈਂ ਤੈਨੂੰ ਕਿਹਾ ਸੀ ਕਿ ਪਜਾਰੋ ਲੈ ਕੇ ਜਾ, ਤੇ ਰਿਕਸ਼ੇ 'ਚ ਬਿਠਾ ਕੇ ਨੂੰ ਲੈ ਗਿਆ। ਇਹ ਕਿਹੜੀ ਪਿਓ ਜਾਰੋ ਵੇ? ਸਰ ਮੈਂ ਪਜਾਰੋ ਕੱਢੀ ਸੀ, ਉਹਦਾ ਚੇਨ ਲੱਥਾ ਆਇਆ ਸੀ ਜੀ। ਵੈਰੀ ਨਾਈਸ। ਆ ਕੀ ਹਾਲ ਹੈ ਨਮੋ ਖੈਰ ਨਾ ਅਮੀਰ? ਅੱਬਾ ਜੀ ਦਾ ਬੜਾ ਬੋਝ ਹੈ ਮੈਨੂੰ। ਮਾਸਰ ਮਰਿਆ ਕਿਵੇਂ? ਬਸ ਜੀ ਡੁੱਬ ਕੇ ਮਰ ਗਿਆ ਜੀ। ਅੱਛਾ ਅੱਛਾ, ਸਾਡੇ ਪਿੰਡ 'ਚ ਰਹਿੰਦੇ ਦਾ ਕੁੱਤਾ ਵੀ ਡੁੱਬ ਕੇ ਮਰ ਗਿਆ ਸੀ। ਉਹ ਕੁੱਤੇ ਨੂੰ ਸੀਂਹ ਨਹੀਂ ਆਉਂਦੀ ਹੋਣੀ। समान कठा किया ना अम्मी ने, दसन दिया समान का प्यो भी ना। बस बस, बड़ी हो गई है। अफसोस वास्ते बेबे कहिंदी तू बड़ा वड्डा जा, नाले अफसोस कर, नाले ब्याह दी गल पक्की कर। हां हां, साजन पुत्र इहनू कमरा विखाओ, चाहे थकी आई होणी। बाद में जी ब्रीफकेस तुहाडा ही है। बड़ी हो गई है। अबे हेलो,
दो टेलीफोन किए ने कहिंदे ने मैं आवां अम्मी उहदे सामने टका के रोना है उहनूं असी यकीन दवाना है कि साडा प्यू मर गया गल समझियो ना जनाब मर गए ने शौकत साहब मिसी शौकत जी मिसी शौकत ने मैं क्या मिसेस शौकत कौन ने शौकत साहब की बीवी है साडा प्यू मरिया असीं गम च बैठे तू डॉक्टर लाना है बकवास करना पिया तू शौकत कौन है शौकत कौन है जानते नहीं मैं ऑफिसर हां तुसीं रखो मेहरबानी ਸਮਗਲਿੰਗ ਕਰਦੀ ਹੈ ਤੁਹਾਨੂੰ ਸਮਝ ਨਹੀਂ ਆਉਂਦੀ मेरी गल मैं क्यों तेरी गल सुना मैं तशीम रखो अपना ਤੁਸੀਂ ਦੇਖੇ ਹੋ ਸ਼ੌਕਤ ਸਾਹਿਬ ਦੇ ਜੀ ਤੇ ਇਹ ਉਹਨਾਂ ਦੀ ਧੀ ਹੈ ਓਹੋ ਤੁਹਾਨੂੰ ਸਮਝ ਨਹੀਂ ਆਉਂਦੀ ਗੱਲ ਦੀ ਮੇਰੀ ਕੱਪ ਇੱਕ ਮਿੰਟ ਸਮਝ ਨਹੀਂ ਆਉਂਦੀ ਤੁਸੀਂ ਓਇਆ ਕੀ ਹੋਇਆ ਇਹ ਕੀ ਹੋਇਆ ਰਹਿਣਾ ਤੁਹਾਨੂੰ ਸਮਝ ਨਹੀਂ ਆਉਂਦੀ ਗੱਲ ਦੀ ਆਂਦੀ ਵੀ ਜੇ ਤੇ ਫਿਰ ਤੂੰ ਉਹਨੂੰ ਧੀ ਬਣਾਉਣ ਦੇ ਕਦੋਂ ਪਾਗਲ ਹੋਇਆ कॉलेज विच ठंड पाती कि रह गया इंश्योरेंस वाले राव पूछ कि मिठा से अमीर तुम भी चखो नहीं बड़ा मिठा सिर तुम शुगर तो नहीं नहीं शुगर नहीं चलो हो जाइए अल्लाह की दाद बड़ी उम्मीद रखो मैं क्लेम लैके आया थोड़ा 5 लाख का मैं तफ्तीश करनी बकायदा करो करो जो मर्जी करो माई बाप शौकत साहब कितने फौत हो गए ना जी हाँ उन्होंने लाश कहा ਉਹ ਤੇ ਸਾਨੂੰ ਵੀ ਨਸੀਬ ਨਹੀਂ ਹੋਈ ਹੈ ਜੀ ਲਾਸ਼ ਤੇ ਡੁੱਬ ਕੇ ਮਰ ਗਈ ਡੁੱਬ ਕੇ ਮਰ ਗਈ ਜੀ ਹਾਂ ਜੀ ਮੱਛੀਆਂ ਖਾ ਗਈ ਉਹਨਾਂ ਦੀ ਲਾਸ਼ ਮੱਛੀਆਂ ਖਾ ਗਈ ਜੀ ਆ ਤਾਂ ਚਲੋ ਫਿਰ ਠੀਕ ਹੈ ਤੁਸੀਂ ਮੱਛੀਆਂ ਕਿੱਥੇ ਨੇ ਸਕੂਲ ਗਈਆਂ ਨਾ ਹੁਣੇ ਆਉਂਦੀਆਂ ਹੁਣ ਇਹ ਰੋਹੀ ਗੱਲਾਂ
سفید رنگ دی چٹی مچھی ہے انہیں بڑا کھادا بھائی ایک ٹیری مچھی ہے ٹیری اکھاں ادھر جانی ادھر نکل جانی اس مچھی نو پھڑو انہیں بھی کھا دیا خبر کون ہے میرا بھی مسئلہ سی تھوڑا جا بیوا تے ہو گئے خیر ہے چلو خیر کچھ بھی ہے میں بعد گل کراں گا تہاڈے نال اے پیسے تانوں او سورج ملن گے تو امی نال کی گل کر مسئلہ یہ میں پیسے تو انہوں چاہیے لے انہوں نے شاہ جی کہہ رہا خانہ خراب وہ تو پاجی نے اچھا سلام بھائی وعلیکم السلام جی پیسے تو انہوں چاہیے جی میں فورن چاہیے تفتیش تو بغیر پیسے نہیں ملیں گے جی کتھوں کی کریے لاش برآمد ہوئے گی اتنے پھر پیسے ملیں گے لاش سے مچھیاں کھا گئی جناب علی جی اے سانو یقین ہے کہ تساں دوواں جنے مل کے انہوں قتل کیتا ہے تینوں شیخ شوکت نو اپنے اپنے نو ہاں خدا خاص ور کی ہوے جناب تانوں تفتیش لئی میرے نال تھانے جانا پے گا تھانے میں نہیں جا سکدا کیوں میں پہلے بھی گیا او بڑی بے عزتی کر دیندے تسی میرے نال تھانے چلو میں نہیں جاؤں گا تسی میرے نال اندر چلو ذرا تسی تھانے چلو میرے داری گل کرو میں تھانے نہیں جانا کیوں نہیں جانا میں نہیں جاؤں میں اسی زبردستی لے کے چلیں گے چلو تھانے نہیں جانا ہلو بھائی چلو چنگی بھلی زندگی گزر رہی سی آپ بھی تھانے مار کھا رہے ہیں نال سانو بھی بے عزت کرا رہے ہیں اور خالو نو دیکھو اسی سارے نو کہ خالو مر گیا خالو لوکاں نے گھرے چ روٹیاں کھا رہے ہیں جا کے جس طرح ہسیا گا کیویں اور اسی اسی جس طرح تسی ہستے ہو اس طرح ہس او کیویں بھتیجے اے منڈا مینوں کوئی مشکوک لگدا ہی مینوں کوئی مشکوک لگدا ہی اے تے کاغذ چیک کر جڑا جا کے را کاغذ چیک کرا منڈا ہے کہ ہونڈا ہے اینوں دس دے کہ جدو تک پیسے نہیں نہ ملن گے یا چالیا نہیں ہوے گا اس کاری خوشی نہیں آئے گی اینوں دس دے ذرا خوشی نہیں ہو سکدی میرے چاچے نے اعلان کرتا جی اعلان کرتا اونے کہیا بھی جد تک ساڈے پیسے نہیں دیو گے اسی اس کار چ خوشی کوئی نہیں ہون دیاں گے مارنا ہوں چک وٹ ایک کھانے نہیں دوجی سہنے نہیں تیجی برداشت نہیں چک وٹ میں کوڑا چک وٹ میں اینو منع کر اوئے میرے چاچے نے بدتمیزی نہ کری ایک منٹ چ رو پیندا ہی لے رو پیندا ہی اینو ساری دہشت دس چاچا بڑا وڈا بندا پینڈو چاچا پینڈو کلا تر سبھیاں اے نہ کر اوئے صاف پتہ لگ رہا پینڈو اے نہ کر اے نہ
ਫੜਕ ਨਜ਼ਰ ਆਉਂਦੀ ਤੇਰੇ ਸਾਰੀ ਮਰ ਜਾਣਾ ਸ਼ਗਣ ਕਰੀਓ ਨੌਕਰ ਯਾਰ ਇਸ ਤਰ੍ਹਾਂ ਕਰ, ਇਹ ਕੱਪੜਿਆਂ ਨੂੰ ਧੁਆ ਤੇ ਇਸਤਰੀ ਕਰਾ ਕੇ ਲਿਆ। ਤਮੀਜ਼ ਨਾਲ ਗੱਲ ਕਰੀਦੀ ਹੈ ਪੜੇ ਲਿਖੇ ਲੋਕਾਂ ਨਾਲ। ਵਾਜੀ ਵਾਹ, ਉਹ ਤੂੰ ਕਿੱਥੋਂ ਦਾ ਪੜਿਆ ਲਿਖਿਆ ਨੌਕਰ ਤੇ ਤੂੰ ਹੈ ਤੇ ਤਮੀਜ਼ ਸਿਖਾਉਂਦੇ ਪਏ ਸਾਨੂੰ। ਬੇਟੇ ਤਮੀਜ਼ ਕਰ, ਤਮੀਜ਼ ਕਰ, ਅਗਰ ਤੁਹਾਨੂੰ ਕੋਈ ਵਹਿਮ ਹੈ ਨਾ ਤੇ ਅੰਗਰੇਜ਼ੀ ਬੋਲ ਲੈ। ਹਾਂ ਅੱਛਾ ਜੀ, ਤੁਸੀਂ ਅੰਗਰੇਜ਼ੀ ਜਾਣਦੇ ਹੋ? ਮੈਂ ਅੰਗਰੇਜ਼ੀ ਜਾਣਦੇ ਹੋ ਬੋਲ ਕੇ ਬੋਲ, ਬੋਲੋ ਬੋਲੋ। ਯੂ ਪੁੱਛ ਕੀ ਲਿਆਈ, ਇਹ ਕੋਈ ਚੀਜ਼ ਹੈ? ਆਲੂ ਨੂੰ ਦੱਸ, ਦੱਸ ਕੀ ਕਹਿੰਦੇ ਨੇ ਆਲੂ? ਆਲੂ ਨੂੰ ਇੰਗਲਿਸ਼ ਵਿੱਚ ਤੂੰ ਵੱਡਾ ਭਾਈ, ਤੂੰ ਵੱਡਾ। ਮੈਂ ਕਿਹਾ ਆਲੂ ਨੂੰ ਤਾਂ ਕਹਿ ਦਿੱਤਾ, ਉਹ ਆਲੂ ਤੇ ਟੀਂਡੇ ਨੂੰ ਕੀ ਕਹਿੰਦੇ ਨੇ? ਠੇਂਡਾ, ਉਹਦਾ ਦ ਲੱਗਦਾ, ਦ ਠੇਂਡਾ, ਦ ਠੀਂਡਾ। ਮੈਂ ਕਿਹਾ ਅੱਬੇ ਨੂੰ ਕੀ ਇੰਗਲਿਸ਼ ਵਿੱਚ ਕਹਿੰਦੇ ਨੇ? ਅੱਬੇ ਨੂੰ ਇੰਗਲਿਸ਼ ਵਿੱਚ ਕਹਿੰਦੇ ਨੇ ਫਾਦਰ। ਵੈਰੀ ਗੁੱਡ ਬਈ, ਵਾਹ ਵਾਹ, ਤੂੰ ਤਾਂ ਇੰਗਲਿਸ਼ ਜਾਣਦਾ ਹੈ। ਮੈਂ ਫਿਰ ਯਾਦ ਕਰਾਂ ਜਾ ਕੇ? ਪੜੀ ਹੋ ਗਈ ਏ, ਅਸੀਂ ਤਾਂ ਬਾਹਰ ਖਲੋਤੇ ਆ, ਅੱਲਾ ਜਾਣੇ ਕੌਣ ਹੈ, ਹੁਣ ਸਾਨੂੰ ਕੀ ਪਤਾ। ਗਿੱਟੇ ਸੇਕ ਦਿੰਦੀ ਹੁੰਦੀ, ਹਰ ਕਿਸੇ ਦੇ ਗਿੱਟੇ ਸੇਕ ਨਹੀਂ, ਤੇਰਾ ਪਿਓ ਵੱਡੇ ਪਾਵੇ ਵੇਚਦਾ, ਗਿੱਟੇ ਸੇਕ ਦਿੰਦੀ ਹੁੰਦੀ। ਮੈਨੂੰ ਤੂੰ ਇਹ ਦੱਸ, ਜਿਹੜੀ ਉੱਤੇ ਕੁੜੀ ਤੇ ਬਜ਼ੁਰਗ ਜਿਹਾ ਕੌਣ ਹੈ? ਉਹਦੀ ਸ਼ਾਦੀ ਹੋਣੀ ਆ ਆਮਿਰ ਦੇ ਨਾਲ। ਆਏ ਹਾਏ, ਸ਼ਾਦੀ ਹੋਣੀ ਆਮਿਰ ਨਾਲ? ਹਾਂ ਮੇਰੇ ਨਾਲ ਹੋਣੀ ਆਮਿਰ ਦੀ, ਇਹਦੇ ਨਾਲ ਤੇਰੀ? ਤੇਰੇ ਨਾਲ ਨਹੀਂ ਹੋਣੀ ਬੇਵਕੂਫੇ, ਆਮਿਰ ਤੈਨੂੰ ਪਸੰਦ ਨਹੀਂ ਕਰਦਾ, ਤੂੰ ਕੋਈ ਹੋਰ ਮੁੰਡਾ ਵੇਖ। ਅੱਛਾ, ਕਿਹੜਾ ਮੁੰਡਾ ਦੇਖਾਂ? ਕੋਈ ਵੇਖ ਲੈ, ਕੋਈ ਜਿਹੜਾ ਦਿਲ ਕਰੇ ਵੇਖ ਲੈ। ਕਿਸੇ ਹੋਰ ਨਾਲ ਗੱਲਾਂ ਕਰ, ਅੰਗਰੇਜ਼ੀ ਬੋਲ, ਅੱਛੇ ਕੱਪੜੇ ਪਾ, ਉਹ ਆਪੇ ਸੜੇਗਾ। ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਨਾ। ਮੈਂ ਸਿਖਾ ਦੇਣਾ। ਕਿਸ ਤਰ੍ਹਾਂ? ਅੱਛਾ ਤੂੰ ਆਮਿਰ ਨੂੰ ਕੀ ਕਹਿਣਾ ਚਾਹੁੰਦੀ? ਆਮਿਰ ਨੂੰ ਕਹਿਣਾ ਚਾਹੁੰਦੀ ਹੈ ਕਿ ਆਮਿਰ ਮੈਂ ਤੇਰੇ ਨਾਲ ਬਹੁਤ ਪਿਆਰ ਕਰਨੀ ਆ, ਤੂੰ ਉਹਨੂੰ ਕਹੀ ਆਮਿਰ ਯੂ ਆਰ ਮਾਈ ਸੱਕਾ ਬ੍ਰਦਰ। ਬਿਲਕੁਲ ਠੀਕ ਹੈ, ਔਰ ਮੈਨੂੰ ਉਹਦੇ ਸਾਹਮਣੇ ਕਹਿਣਾ ਆਈ ਲਵ ਯੂ। ਇਹਦਾ ਮਤਲਬ ਹੈ ਕਿ ਤੂੰ ਮੇਰਾ ਹਮਦਰਦ ਹੈ। ਚੋਰੀ ਕਰਕੇ ਪਾ ਲੈ, ਫਿਰ ਪੈਟਰੋਲ ਪਾ ਕੇ ਸਾੜ ਦੇ, ਸੜੇਗਾ ਕਿਉਂ ਨੀ ਸੜੇਗਾ? ਅੜਿਆ ਮੈਂ ਤੈਨੂੰ ਦੱਸਦਾ, ਅਗਰ ਉਹਨੇ ਮੇਰਾ ਵਿਆਹ ਨਾ ਕੀਤਾ ਤੇ ਮੈਂ ਉਹਦੇ ਗਿੱਟੇ ਸੇਕ ਦਾਂਗੀ। ਗਿੱਟੇ ਉੱਚੀ ਨੀ ਹੁੰਦੀ ਤੂੰ? ਗਿੱਟੇ ਸੇਕ ਦਾਂਗੀ ਆਲੂ, ਅਸੀਂ
ਅਸੀਂ ਲੋਕਾਂ ਨੂੰ ਕਿਹਾ ਤੁਸੀਂ ਮਰ ਗਏ ਹੋ, ਤੁਸੀਂ ਵੀਡੀਓ ਫਿਲਮਾਂ ਲੈਂਦੇ ਫਿਰ ਰਹੇ। ਤੇ ਯਾਰ ਮੈਨੂੰ ਤੇ ਕਿਸੇ ਨੇ ਵੇਖਿਆ। ਕਿਉਂ ਜੀ? ਮੈਂ ਤੇ ਲਾਸ਼ ਆ, ਤੁਸੀਂ ਮੇਰੇ ਨਾਲ ਯਾਦ ਯਾਤੀ ਨਹੀਂ ਕਰਨ ਦਿਆ ਕੀ? ਉੱਥੇ VCR ਤੇ ਪਹੁੰਚਾ ਦਿੱਤਾ ਫਿਲਮਾਂ ਤੁਹਾਡੇ ਪਿਓ ਨੇ ਦੀਆਂ ਗਾਣੀਆਂ ਸਨ। ਮੈਂ ਆਪ ਹਾਰ ਰੋਡ ਤੋਂ ਜਾ ਕੇ ਲੈ ਕੇ ਆਇਆ ਫਿਲਮਾਂ। ਕਿਹੜੀ ਫਿਲਮ ਹੈ? ਇਹ ਤੇ ਪਤਾ ਨਹੀਂ, ਕਹਿੰਦਾ ਸੀ ਵੇਖ ਕੇ ਆਪੇ ਹੀ ਕੋਈ ਨਾਂ ਰੱਖ ਲਏ। ਮੈਂ ਕਿਹਾ ਚਲੋ ਵੇਖਾਂਗੇ ਤੇ ਰੱਖ ਲਾਂਗੇ। ਇਹ ਕਿਹੜੀ ਫਿਲਮ ਹੈ ਜਿਹਦਾ ਆਪੇ ਹੀ ਨਾਂ ਰੱਖ ਲਿਆ ਹੈ? ਸਾਜਤ ਪੁੱਤਰ ਜੀ, ਲੈ ਵੀ ਅਸੀਂ ਥਾਣਿਓਂ ਆਏ ਆ। ਉਹ ਮਾਰ ਤਾਂ ਨਹੀਂ ਪਈ ਉਹਨੂੰ? ਨਹੀਂ, ਆਂਦੇ ਹੀ ਕੱਦਾ ਫੜ ਫੜ ਕੇ ਅਮਰ ਵੀ ਆ ਗਏ। ਕੋਰੀ ਨਾ ਕਤਲ ਕੀਤਾ ਮੈਂ, ਕਹਿੰਦੇ ਲੰਮਿਆਂ ਪਾ ਉਹਨੂੰ ਛਿਤਰੌਲ ਕਰਨੀ, ਅਜੇ ਮੈਨੂੰ ਛਿੱਤਰ ਮਾਰਨ ਲੱਗੇ ਹੋ। ਅਮੀ ਰੋ ਪਈ, ਅਮੀ ਰੋਈ ਉਹਨਾਂ ਨੇ ਕਿਹਾ ਜਨਾਬ ਕੁਰਸੀ ਤੇ ਬੈਠੋ ਚਾਹ ਮੰਗਾ। ਫੇਰ ਅਮੀਰ ਹੋਈ ਇੱਕ ਵਾਰ, ਉਹਨਾਂ ਨੇ ਕਿਹਾ ਥਾਣਾ ਬੰਦ ਕਰੋ, ਇਹਨਾਂ ਨੂੰ ਘਰ ਛੱਡ ਗਿਆ। ਫੇਰ ਉਹਨਾਂ ਨੇ ਮੈਨੂੰ ਕਿਹਾ ਜਦੋਂ ਵੀ ਰੋਣਾ ਹੋ ਸਾਡੇ ਥਾਣੇ ਆਓ ਜਨਾਬ। ਤੇ ਇੰਸ਼ੋਰੈਂਸ ਵਾਲੇ ਦਾ ਕੀ ਬਣਿਆ? ਜਦ ਬੇਟਾ ਕਿਸਮਤ ਅੱਛੀ ਹੋਏ ਸਾਰੇ ਕੰਮ ਸਿੱਧੇ ਹੋ ਜਾਂਦੇ। ਅੱਛਾ, ਇੰਸ਼ੋਰੈਂਸ ਵਾਲਿਆਂ ਨੂੰ ਵੀ ਇੱਕ ਦਰਿਆ ਦੇ ਕਿਨਾਰੇ ਲਾਸ਼ ਲੱਭ ਗਈ ਹੈ ਜਿਹੜਾ ਮੂੰਹ ਨਹੀਂ ਹੈਗਾ ਮੱਛੀਆਂ ਖਾ ਗਈ। ਉਹ ਕਹਿਣ ਲੱਗਾ ਯਾਰ ਕਿਧਰੇ ਇਹ ਤੇ ਤੇਰਾ ਪਿਓ ਨਹੀਂ? ਮੈਂ ਬੋਲਿਆ ਕਿਧਰੇ ਕੀ, ਇਹੋ ਹੀ ਹੈ। ਛਾਲ ਮਾਰ ਕੇ ਉਹਨੂੰ ਫੜਿਆ ਭਾਈ, ਅੰਮੀ ਨੂੰ ਇਸ਼ਾਰਾ ਕੀਤਾ, ਅੰਮੀ ਨੇ ਛਾਲ ਮਾਰੀ। ਉਹ ਅਸੀਂ ਇੰਨਾ ਰੋਏ, ਪੁਲਿਸ ਵੀ ਰੋਣ ਲੱਗੀ। ਵਾਹ, ਉਹਨਾਂ ਨੂੰ ਯਕੀਨ ਆ ਗਿਆ। ਦੋ ਦਿਨ ਦੇ ਬਾਅਦ ਸਾਨੂੰ ਚੈੱਕ ਮਿਲ ਰਿਹਾ 5 ਲੱਖ ਰੁਪਏ ਦਾ। ਓ ਵੈਰੀ ਗੁੱਡ, ਮੈਂ ਖਾਲੂ ਨੂੰ ਦੱਸ ਕੇ ਆਇਆ। ਠੀਕ ਹੈ ਅੰਮੀ ਜੀ, ਅੱਬਾ ਜੀ ਨੂੰ ਦੱਸ ਦਿਓ, 2 ਦਿਨ ਹੋਰ ਸਬਰ ਕਰਨ, ਇਨਸ਼ਾਅੱਲਾ ਸਾਰਾ ਕੰਮ ਸਿੱਧੇ ਹੋ ਜਾਣਾ। ਠੀਕ ਹੈ, ਘਬਰਾਉਣ ਵਾਲੀ ਗੱਲ ਨਹੀਂ। ਠੀਕ ਹੈ, ਘਬਰਾਉਣਾ ਨਹੀਂ। ਅੱਛਾ, ਓਕੇ ਅੰਗੂਠਾ ਦਬਾ। ਅੰਗੂਠੇ ਤੋਂ ਬਾਅਦ ਕਿਹੜਾ? ਖੱਬਾ ਸੱਜਾ? ਸੱਜਾ ਸੱਜਾ ਤੇ ਸੱਜੇ ਸੱਜੇ ਪਾਸੇ ਰੱਖੀ, ਫਿਰ ਚੁੱਕ ਕੇ ਖੱਬੇ ਤੇ ਨਾ ਰੱਖ ਦੇ, ਕਨਫਿਊਜ਼ਨ ਨਾ ਹੋ ਜਾਵੇ। ਠੀਕ ਹੈ, ਮੈਂ ਕਰਨ, ਤੂੰ ਕਰਨ, ਗੱਲਾਂ ਬਾਤਾਂ ਬਰਨ। ਓਕੇ ਬਾਏ ਬਾਏ। ਆਣਾ ਜ਼ਰੂਰ, ਮੈਂ ਪਾਗਲ ਹਾਂ, ਮੈਂ ਆਵਾਂ। ਤੂੰ ਇੱਥੇ ਕੀ ਵੀ ਕਰਦੀ? ਨਿਕਲ ਸਾਡੀ ਜਾਂਦੀ ਹੈ। ਕੋਈ ਗੱਲ ਨੀ, ਘਬਰਾਉਣ ਦੀ ਗੱਲ ਨੀ ਹੈ, ਆ ਜਾ ਆ ਜਾ, ਬੇਟੀ ਹੋਇਆ, ਮੈਂ ਜੋ ਹੈਗਾ ਘਬਰਾਉਣ ਦੀ ਕੋਈ
ਜੇ ਤੂੰ ਇੱਥੇ ਤੇ ਫਿਰ ਇਹ ਕੌਣ? ਇਹ ਤੇਰਾ ਪੇ ਆ।
ਤੇਰਾ ਪੇੜਾ ਤਰ ਜਾ, ਤੂੰ ਇੱਥੇ ਕੀ ਖਤੂਰ ਪਾਇਆ ਬਈ? ਉਹ ਚੂਤਾ ਮਰ ਗਿਆ ਸੀ ਨਾ, ਮੁਫਤ ਸਵਾਰੀ ਕਢਾਉਣ ਵਾਲਿਆ। ਮੈਂ ਉਹਦੀ ਰੂਹ ਆ, ਮੈਂ ਰੂਹ ਆ, ਮੈਂ ਸੜਿਆ ਗੋਸ਼ਤ ਖਾਣਾ। ਨਾ ਨਾ ਨਾ, ਭਾਰ ਰੂਹ ਹਾਂਜੀ, ਇੱਥੇ ਬੈਠੋ, ਮੈਂ ਤੁਹਾਡੇ ਲਈ ਰੂਹ ਅਫਜ਼ਾ। ਓਹੋ, ਤੁਸੀਂ ਕਿੱਥੇ ਆ? ਅੱਛਾ, ਮੈਨੂੰ ਖੁੱਡੇ ਜਵਾੜ ਕੇ ਇੱਥੇ ਮੌਜਾਂ ਲੱਗੀਆਂ ਤੇਰੀਆਂ। ਅੱਜ ਤਾਂ ਬੋਲੋ ਸਾਰੇ ਮਹਿਮਾਨ ਤੇ ਸੁੱਤੇ। ਬੁਲਾ ਸਾਰੇ ਮਹਿਮਾਨਾਂ ਨੂੰ, ਅੱਜ ਸਭ ਨੂੰ ਦੱਸਾਂਗਾ ਇੱਥੇ ਜੋ ਕੁਛ ਹੋਣ ਡਿਆ। ਤੇ ਠੀਕ ਆ, ਪਾਉਰ ਹੋਣਾ ਤੁਸੀਂ ਫੇਰ। ਕੀ ਦੱਸਿਆ ਤੈਨੂੰ ਮੈਂ? ਓਏ, ਸਾਰੇ ਆਂਡੇ ਨੂੰ ਖੁੱਡੇ ਚ ਵੜ ਜਾ, ਉਹ ਜਿਹੜੇ ਇੰਸ਼ੋਰੈਂਸ ਵਾਲੇ ਨੇ ਉਹ ਤੁਹਾਨੂੰ ਫਰੌਡ ਸਮਝ ਕੇ ਜੇਲ੍ਹ ਕਰਾ ਦੇਣਗੇ, ਉਹਨਾਂ ਦੀ ਨਜ਼ਰ 'ਚ ਤੁਸੀਂ ਮਰੇ। ਤੁਹਾਡਾ ਬੇੜਾ ਤਰਜ ਹੈ, ਤੁਸੀਂ ਮਾਂ ਪੁੱਤਰਾਂ ਨੇ ਚੰਗਾ ਮੈਨੂੰ ਮੁਸੀਬਤ 'ਚ ਫਸਾ ਦਿੱਤਾ। ਚਲ ਚਲ ਖੁੱਡੇ ਦੇ ਅੰਦਰ ਚਲੋ। ਇੱਧਰ ਖੁੱਡਾ, ਉੱਧਰ ਥਾਣਾ, ਮੈਂ ਕਿਹੜੇ ਇਲਜ਼ਾਮ 'ਚ ਫਸ ਗਿਆ ਬਸ? ਹਰ ਕਮਰੇ ਚ ਮਾਂ, ਹਰ ਕਮਰੇ ਚ ਅਮੀਰ। ਅਮੀਰ? ਮੈਨੂੰ ਸ਼ੱਕ ਪੈ ਗਿਆ ਕਿਸੇ ਨੇ ਮਾਂ ਦੀਆਂ ਕਾਪੀਆਂ ਕਢਾ ਲਈ। ਪਤਾ ਕਰੋ ਯਾਰ, ਮਾਸਟਰ ਪ੍ਰਿੰਟ ਕਿੱਥੇ? ਉਹਨੂੰ ਪਤਾ ਨੀ ਲੱਗਦਾ, ਮੈਂ ਤਾਂ ਪਰੇਸ਼ਾਨ ਹੋ ਗਿਆ। ਯਾਰ ਮਾਸਟਰ ਪ੍ਰਿੰਟ ਤੇ ਠੀਕ ਹੈ, ਮਗਰ ਤੂੰ ਇਹ ਤਾਂ ਚੈੱਕ ਕੀਤਾ ਸਾਰਾ? ਮੈਂ ਇਹ ਵੀ ਚੈੱਕ ਕੀਤਾ ਸਾਰਾ। ਇੱਧਰ ਵੀ ਗਿਆ, ਇੱਧਰ ਵੀ ਗਿਆ, ਇੱਧਰ ਵੀ ਗਿਆ, ਉੱਡੇ ਵੀ। ਆ ਵੇਖੋ, ਆ ਵੇਖੋ, ਕੁੱਤੇ ਨੂੰ ਯਰਕਾਨ ਹੋਇਆ। ਕੀ ਗੱਲ? ਫਿਲਮ ਲੱਗੀ ਅਮਿਤਾ ਬਚਨ ਤੇ ਅੰਜਮਨ ਦੀ। ਕਿਸੇ ਨੇ ਕਿਸ ਤਰ੍ਹਾਂ ਬਣਾ ਰਹੀ ਆਦਰਾ।